ਜਗਮੀਤ ਸਿੰਘ ਖਿਲਾਫ ਬਰਨਬੀ ਵਿੱਚ ਜ਼ਿਮਨੀ ਚੋਣ ਲੜਨ ਲਈ ਲਿਬਰਲ ਵੱਲੋਂ ਕਾਰਨ ਵਾਂਗ ਦਾ ਨਾਮ ਸਾਫ ਕਰ ਦਿੱਤਾ ਗਿਆ, ਜਿਸ ਨੂੰ ਪਾਰਟੀ ਨੇ ਇੱਕ ਵਧੀਆ ਲੀਡਰ ਦੱਸਦੇ ਹੋਏ ਬਰਨਬੀ ਲੋਕ ਸਭਾ ਸੀਟ ਦੇ ਲਈ ਸਹੀ ਚਿਹਰਾ ਦੱਸਿਆ। ਯਾਨੀ ਕਿ ਹੁਣ ਬਰਨਬੀ ਵਿੱਚ ਜਗਮੀਤ ਸਿੰਘ ਖਿਲਾਫ ਚੋਣ ਮੈਦਾਨ ਵਿੱਚ ਆਉਣ ਵਾਲਾ ਚਿਹਰਾ ਸਾਫ ਹੋ ਗਿਆ। ਬਰਨਬੀ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਦੇ ਉੱਤੇ ਕੈਨੇਡਾ ਭਰ ਦੇ ਰਾਜਨੀਤਿਕ ਗਲਿਆਰਿਆਂ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ, ਕਿਉਂ ਜੋ ਇਸ ਵਿੱਚ ਐਨਡੀਪੀ ਪ੍ਰਧਾਨ ਜਗਮੀਤ ਸਿੰਘ ਚੋਣ ਲੜ ਰਹੇ ਨੇ, ਜੋ ਕਿ 2019 ਦੀਆਂ ਫੈਡਰਲ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਲਈ ਉਮੀਦਵਾਰ ਹੋਣਗੇ। ਦੱਖਣੀ ਬਰਨਬੀ ਦੀ ਲੋਕ ਸਭਾ ਸੀਟ ਦੇ ਉੱਤੇ ਪਹਿਲਾਂ ਐਨਡੀਪੀ ਹੀ ਕਾਬਜ਼ ਸੀ, ਜਿਸ ਵੱਲੋਂ ਕੈਨੇਡੀ ਸਟੀਵਰਟ ਲੋਕ ਸਭਾ ਮੈਂਬਰ ਸਨ, ਪਰ ਉਹਨਾਂ ਨੇ ਵੈਨਕੂਵਰ ਮੇਅਰ ਦੀ ਚੋਣ ਲੜਨ ਦੇ ਲਈ ਇਸ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ। ਇੱਧਰ ਜਗਮੀਤ ਸਿੰਘ ਦੇ ਲਈ ਦੱਖਣੀ ਬਰਨਬੀ ਤੋਂ ਲੋਕ ਸਭਾ ਸੀਟ ਜਿੱਤਣਾ ਇਸ ਸਮੇਂ ਵੱਕਾਰ ਦਾ ਸਵਾਲ ਬਣਿਆ ਹੋਇਆ। ਜਗਮੀਤ ਸਿੰਘ ਦੀ ਜਿੱਤ ਜਾਂ ਹਾਰ ਦਾ ਸਿੱਧਾ ਅਸਰ 2019 ਦੀਆਂ ਫੈਡਰਲ ਚੋਣਾਂ ਤੇ ਪੈਣ ਵਾਲਾ ਹੈ।